ਸੋ ਤਬਦੀਲ ਉਦੋਂ ਹੀ ਹੁੰਦਾ ਜਦੋਂ ਅਸੀਂ ਆਪਣੇ ਆਪ ਨੂੰ ਤਬਦੀਲ ਕਰਨ ਦੇ ਲਈ ਵਚਨਬੰਧ ਹੁੰਦੇ ਹਾਂ। ਲਓ ਸਾਡੇ ਨਾਲ ਲਾਈਨ 'ਤੇ ਨੇ ਸਾਡੇ ਰੋਮੀ ਘੜਾਵੇਂ ਵਾਲੇ, ਉਹਨਾਂ ਵੱਲ ਅਸੀਂ ਚੱਲਦੇ ਹਾਂ। ਜੀ ਰੋਮੀ ਸਾਹਿਬ ਜੀ, ਵਿੰਦਰ ਜੀ, ਜੈ ਇਨਸਾਨ ਜੀ, ਸਾਰੇ ਸਰੋਤਿਆਂ ਨੂੰ, ਜੈ ਭੋਗਪੁਰੀ ਜੀ, ਜੀ ਤੁਹਾਨੂੰ ਵੀ ਜੀ, ਨਵੇਂ ਸਾਲ ਦੀ ਬਹੁਤ ਵਧਾਈ ਤੁਹਾਨੂੰ, ਬਹੁਤ ਬਹੁਤ ਮੁਬਾਰਕਾਂ ਜੀ, ਸਾਰੇ ਸਰੋਤਿਆਂ ਨੂੰ ਵੀ ਖਾਸ ਕਰਕੇ, ਔਰ ਤੁਹਾਨੂੰ ਤੁਹਾਡੇ ਗੀਤ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ। ਤੁਸੀਂ ਬੜਾ ਇੱਕ ਨਵਾਂ ਸਾਨੂੰ ਤੋਹਫਾ ਦਿੱਤਾ ਆ ਗੀਤ ਦੇ ਰੂਪ ਦੇ ਵਿੱਚ, ਔਰ ਸ਼ੁਕਰੀਆ ਜੀ, ਔਰ ਮੈਨੂੰ ਬੜੀ ਅੱਛੀ ਤੁਹਾਡੇ ਨਾਲ ਦੋਸਤਾਂ ਦੇ ਨਾਲ ਜਿਹੜੀ ਗੱਲਬਾਤ, ਮੇਰਾ ਤੁਹਾਡਾ ਪਿਆਰ ਜਿਹੜਾ ਹੈਗਾ ਨਾ, ਉਹ ਇਸ ਕਰਕੇ ਆ ਕਿ ਤੁਸੀਂ ਬੜਾ ਸਾਫ਼ ਸੁਥਰਾ ਲਿਖਦੇ ਆ। ਥੈਂਕ ਯੂ ਜੀ, ਥੈਂਕ ਯੂ, ਸ਼ੁਕਰਾਨੇ ਸ਼ੁਕਰਾਨੇ। ਦੂਸਰਾ ਕਿ ਜਿਹੜਾ ਸਮਾਜ ਨੂੰ ਇੱਕ ਅੱਛੀ ਸੇਧ ਦੇਣ ਦੇ ਲਈ ਜਿਹੜਾ ਤੁਸੀਂ ਲਿਖਦੇ ਆ ਜੀ ਜੀ ਜੀ, ਇਹ ਤੁਹਾਡਾ ਮੇਰਾ ਪਿਆਰ ਇਹੀ ਆ। ਮੈਂ ਅਕਸਰ ਨਾ ਰੋਮੀ ਜੀ ਗੱਲ ਕਰਦਾ ਹੁੰਦਾ ਜੀ, ਬਿਲਕੁਲ ਜੀ, ਕਈ ਬੰਦੇ ਇੱਦਾਂ ਸੋਚਦੇ ਆ ਵੀ ਜਾਂ ਮੇਰਾ ਪੈਸਾ ਜਾਂ ਮੇਰੀ ਪਰਸਨੈਲਿਟੀ ਜਾਂ ਮੇਰਾ ਕੁਛ ਹੋਰ, ਤੇ ਮੈਂ ਪਿਛਲੇ ਦਿਨ 'ਚ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਤੁਸੀਂ ਮੈਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਇੱਦਾਂ ਜੀ, ਮੈਨੂੰ ਪ੍ਰਭਾਵ ਕਰ ਰਿਹਾ ਤੁਹਾਡਾ ਜਿਹੜਾ ਕੰਮ ਆ, ਬਿਲਕੁਲ, ਜਿਹੜੀ ਤੁਹਾਡੀ ਇਮਾਨਦਾਰੀ ਜਿਹੜੀ ਸੱਚਾਈ ਆ, ਮੈਂ ਉਹਦਾ ਕਾਇਲ ਆ, ਨਾ ਕਿ ਤੁਹਾਡੀ ਕਿਸੇ ਅਹੁਦੇ ਦਾ ਮੈਂ ਕਾਇਲ ਆ। ਹਾਂਜੀ ਹਾਂਜੀ, ਠੀਕ ਆ। ਸੋ ਇਹ ਬੜੀ ਅੱਛੀ ਗੱਲ ਆ ਕਿ ਮੈਨੂੰ ਤੁਹਾਡੇ ਵਰਗੇ ਦੋਸਤ, ਸਾਡੇ ਮਲਕੀਤ ਭਾਜੀ ਹੋਣਾ ਵਰਗੇ ਜਿਹੜੇ ਸਮਾਜ ਦੇ ਵਿੱਚ ਕੰਮ ਕਰਨ ਦੀ ਇੱਛਾ ਰੱਖਦੇ ਆ। ਹਾਂਜੀ ਹਾਂਜੀ, ਬੜੀ ਮਿਹਰਬਾਨੀ। ਤੇ ਕੀ ਸਾਨੂੰ ਸੁਣਾ ਰਹੇ ਕਵਿਤਾ ਕੋਈ ਜਿਹੜੀ ਤੁਸੀਂ? ਜੀ ਮੈਂ ਅੱਜ ਕਵਿਤਾ ਜੀ ਅਨੋਖੇ ਵੇਚਦਾਰ, ਵੇਚਣ ਵਾਲੇ, ਅਨੋਖੇ ਵੇਚਦਾਰ ਜੀ, ਤੇ ਪੇਸ਼ੇ ਖਿਦਮਤ ਜੀ, ਕਹਿੰਦੇ ਵੀ ਚੰਦ ਛਿੱਲੜਾਂ ਦੇ ਬਦਲੇ ਜ਼ਮੀਰ ਕੋਈ ਵੇਚੇ, ਜਿੱਥੇ ਜਿਵੇਂ ਲੋਟ ਲੱਗੇ ਲਾ ਕੇ ਦਾ ਵੇਚਦਾ, ਕੋਈ ਸ਼ਗਨਾਂ ਦੇ ਨਾਂ ਤੇ ਲਾ ਕੇ ਪੁੱਤ ਦੀ ਨੁਮਾਇਸ਼, ਰੱਖੇ ਪਰਦਾ ਨਾ ਉਹਲਾ ਬੋਲੀ ਲਾ ਵੇਚਦਾ, ਬਹੁਤ ਹੀ ਸੋਹਣਾ, ਕਿਤੇ ਭੇਖ ਜਾ ਬਣਾ ਕੇ ਕੋਈ ਬਨਾਰਸ ਕਾ ਠੱਗ, ਵਾਰ ਸੁੱਖ ਅਰਦਾਸ ਜਾਂ ਦੁਆ ਵੇਚਦਾ, ਬਿਲਕੁਲ, ਕੋਈ ਵੱਖਰੇ ਨਿਸ਼ਾਨਾਂ ਤੇ ਇਮਾਰਤਾਂ ਦੇ ਪੱਜ, ਅੱਲਾ ਗੋੜ ਭਗਵਾਨ ਜਾਂ ਖੁਦਾ ਵੇਚਦਾ, ਬਹੁਤ ਅੱਛਾ, ਤੇ ਕੋਈ ਯੋਗੇ ਉੱਤੇ ਚਾੜ ਕੇ ਜੀ ਭਾਸ਼ਣਾਂ ਦੀ ਪਾਣ, ਕੋਈ ਯੋਗੇ ਉੱਤੇ ਚਾੜ ਕੇ ਜੀ ਭਾਸ਼ਣਾਂ ਦੀ ਪਾਣ, ਸੀਡੀ ਕੈਸਟਾਂ ਰਸਾਲੇ ਤੇ ਦਵਾ ਵੇਚਦਾ, ਕੋਈ ਲੋਕਾਂ ਦਾ ਨੁਮਾਇੰਦਾ ਫਿਰ ਆਸਾਂ ਉੱਤੇ ਪਾਣੀ, ਸ਼ਾਮ ਲਾਟਾਂ ਨਾਲੀ ਨਾਲੇ ਸਾਂਝੇ ਰਾਹ ਵੇਚਦਾ, ਕਿਤੇ ਜਿਸਮਾਂ ਦੇ ਰੂਪ ਵਿੱਚ ਵਿਕੇ ਮਜਬੂਰੀ, ਕਿਤੇ ਜਿਸਮਾਂ ਦੇ ਰੂਪ ਵਿੱਚ ਵਿਕੇ ਮਜਬੂਰੀ, ਵੇ ਵੇਚਦਾਰ ਝੂਠੇ ਨਖਰੇ ਅਦਾ ਵੇਚਦਾ, ਐਸਾ ਪੈ ਗਿਆ ਕੜਾਮੇ ਖਰੀ ਖੋਟੀਆਂ ਦਾ ਝੱਸ, ਐਸਾ ਪੈ ਗਿਆ ਕੜਾਮੇ ਖਰੀ ਖੋਟੀਆਂ ਦਾ ਝੱਸ, ਰੋਮੀ ਲਾਈਨਾਂ ਚ ਪਰੋ ਕੇ ਹੈ ਸ਼ੁਦਾ ਵੇਚਦਾ, ਉਹ ਕੋਈ ਵੇਚੇ ਇੱਟਾਂ ਗਾਰੇ ਵਿੱਚ ਘੋਲ ਕੇ ਪਸੀਨਾ, ਧਿਆਨ ਨਾਲ ਸੁਣਨਾ ਜੀ, ਕੋਈ ਵੇਚੇ ਇੱਟਾਂ ਗਾਰੇ ਵਿੱਚ ਘੋਲ ਕੇ ਪਸੀਨਾ, ਕੋਈ ਭਰ ਕੇ ਗੁਬਾਰਿਆਂ ਚ ਸਾਹ ਵੇਚਦਾ, ਕੋਈ ਭਰ ਕੇ ਗੁਬਾਰਿਆਂ ਚ ਸਾਹ ਵੇਚਦਾ, ਕੋਈ ਭਰ ਕੇ ਗੁਬਾਰਿਆਂ ਚ ਸਾਹ ਵੇਚਦਾ, ਕੋਈ ਭਰ ਕੇ ਗੁਬਾਰਿਆਂ ਚ ਸਾਹ ਵੇਚਦਾ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਰੋਮੀ ਜੀ, ਸੰਡੇ ਆਪਣੀ ਮੁਲਾਕਾਤ ਹੁੰਦੀ ਆ, ਔਰ ਮੈਂ ਚਾਹਾਂਗਾ ਕਿ ਉਸ ਦਿਨ ਆਪਾਂ, ਮੇਰਾ ਖਿਆਲ ਆ ਜ਼ਿਆਦਾ ਵਧੀਆ ਗੀਤ ਨੂੰ, ਅੱਜ ਥੋੜਾ ਮਾਹੌਲ ਵੀ ਥੋੜਾ ਲੱਗ ਗਿਆ, ਤੇ ਉਸ ਦਿਨ ਆਪਾਂ ਤੁਹਾਡੇ ਗੀਤ ਉਸ ਦਿਨ ਰਿਲੀਜ਼ਿੰਗ ਵੀ ਦਿਨੇ ਰਿਲੀਜ਼ ਹੋ ਜਾਏਗਾ, ਤੇ ਸ਼ਾਮ ਨੂੰ ਸੁੱਖ ਨਾਲ ਆਪਣਾ ਸ਼ੋਅ